ਸਤਿ ਸ਼੍ਰੀ ਅਕਾਲ ਜੀ, ਅੱਜ ਦੀ ਨਵੀਂ ਸਵੇਰ ਨਵੇਂ ਦਿਨ ਤੋਂ ਤੁਹਾਡਾ ਸਵਾਗਤ ਆ ਫਿਰ ਤੋਂ। ਅਤੇ ਜਿਵੇਂ ਤੁਹਾਨੂੰ ਦੱਸਿਆ ਸੀਗਾ ਵੀ ਸੁਬਹਾ ਆਪਾਂ ਨਿਕਲਣਾ ਗੋਬਿੰਦ ਘਾਟ ਤੋਂ, ਗੋਬਿੰਦ ਧਾਮ ਤੋਂ ਗੋਬਿੰਦ ਘਾਟ ਵੱਲ ਨੂੰ, ਅਤੇ ਆਪਾਂ ਨਿਕਲ ਚੁੱਕੇ ਹਾਂ। ਅਤੇ ਮੰਮੀ ਥੋੜ੍ਹਾ ਤੁਰਨ ਦੀ ਪ੍ਰੋਬਲਮ ਆ ਰਹੀ ਸੀ, ਸੋ ਫਿਰ ਆਪਾਂ ਉਹਨਾਂ ਨੂੰ ਖੱਚਰ ਕਰਵਾ ਤਾ ਸੀ, ਆ ਬੈਠੇ ਆ। ਆ ਵੇਖੋ, ਅਤੇ ਇਹ ਹੋ ਹੀ ਜਾਂਦੀ ਹੈ ਪ੍ਰੋਬਲਮ, ਸੋ ਕੋਈ ਵੱਡੀ ਗੱਲ ਨਹੀਂ ਹੈ, ਪਰ ਐਂ ਵੀ ਉੱਪਰਲਾ ਕਵਰ ਕਰ ਲਿਆ ਤੁਰ ਕੇ, ਉਹੀ ਬਹੁਤ ਹੈ, ਥੱਲੇ ਵਾਲਾ ਤਾਂ ਕੋਈ ਚੱਕਰ ਨਹੀਂ। ਇਹ ਹੈਗਾ ਕਰੀਬ, ਹੁਣ ਉੱਪਰ ਚੜ੍ਹਨ ਵੇਲੇ ਸਾਨੂੰ 6 ਘੰਟੇ ਲੱਗੇ ਸੀਗੇ, ਅਤੇ ਹੁਣ ਦੇਖੋ ਜੇ 4 ਘੰਟਿਆਂ 'ਚ ਪਹੁੰਚ ਸਕਦੇ ਹਾਂ, 4-3.5 'ਚ ਅੰਦਾਜ਼ਾ ਤਾਂ ਇਹੀ ਹੈ, ਬਾਕੀ ਜਾ ਕੇ ਪਤਾ ਲੱਗੂਗਾ। ਰਸਤਾ ਸਾਫ਼ ਆ ਉੱਪਰ ਵਾਲੇ ਨਾਲੋਂ ਤਾਂ ਠੀਕ ਹੈ ਪੂਰਾ ਬਿਲਕੁਲ। ਅਤੇ ਜਿਵੇਂ ਉੱਪਰ ਵਾਲੇ ਦੀ ਚੜ੍ਹਾਈ ਜ਼ਿਆਦਾ ਸੀਗੀ, ਟਾਈਮ ਜ਼ਿਆਦਾ ਖਾਂਦਾ ਸੀਗਾ ਰਸਤਾ, ਇਹ ਥੋੜ੍ਹਾ ਠੀਕ ਹੈ, ਮਤਲਬ ਇਹ ਥੋੜ੍ਹਾ ਲੈਵਲ 'ਚ ਆ ਜਾਂਦਾ, ਇਹ 'ਤੇ ਜ਼ਿਆਦਾ ਪ੍ਰੋਬਲਮ ਨਹੀਂ ਆਉਣੀ ਹੈਗੀ। 6:30 ਵਜੇ ਚੱਲੇ ਹਾਂ, 11 ਵਜੇ ਤੱਕ ਪਹੁੰਚਣ ਦਾ ਅੰਦਾਜ਼ਾ ਹੈਗਾ, ਅਤੇ ਦੇਖਦੇ ਹਾਂ ਜੀ। ਆਹ ਹੈਗਾ ਰਸਤਾ ਐਵੇਂ ਜਿਹਦਾ, ਸਾਰਾ ਰਸਤਾ ਹੀ ਐਵੇਂ ਜਿਹਦਾ ਹੈ, ਤੁਹਾਨੂੰ ਮੈਂ ਪਹਿਲਾਂ ਹੀ ਵੀਡੀਓ 'ਚ ਦਿਖਾਇਆ ਸੀ। ਅਤੇ ਜਿਹੜੇ ਵਲੋਗ ਪਹਿਲੀ ਵਾਰ ਦੇਖ ਰਹੇ ਨੇ, ਉਹ ਪਿਛਲੇ ਵਲੋਗ ਜਾ ਕੇ ਚੈੱਕ ਕਰ ਸਕਦੇ ਨੇ, ਹੇਮਕੁੰਡ ਸਾਹਿਬ ਦੇ ਦਰਸ਼ਨ ਕਰ ਸਕਦੇ ਹੋ ਤੁਸੀਂ ਜਾ ਕੇ, ਅਤੇ ਨਾਲ ਮੈਂ ਉੱਦਾਂ ਲਿੰਕ ਵੀ ਪਾ ਦੂੰਗਾ ਵੈਸੇ, ਅਤੇ ਤੁਸੀਂ ਦੇਖ ਸਕਦੇ ਹੋ। ਚਲੋ ਜੀ, ਚੱਲਦੇ ਹਾਂ ਫਿਰ ਅੱਗੇ। ਆਹ ਕੁਝ ਐਵੇਂ ਦਾ ਰਸਤਾ ਵੀ ਆ ਰਿਹਾ ਜੀ ਵਿੱਚ, ਦੇਖੋ ਕਿੰਨਾ ਖਤਰਨਾਕ ਰਸਤਾ। ਡੈਡੀ ਥੋੜ੍ਹਾ ਅੱਗੇ ਚੱਲ ਗਏ, ਅਸੀਂ ਰੁਕ ਗਏ ਸੀਗੇ, ਓਕੇ। ਗਰਮੀ ਬਹੁਤ ਲੱਗ ਰਹੀ ਸੀ, ਜੈਕਟ ਪਾਈ ਹੋਈ ਸੀਗੀ ਮੈਂ ਫਿਰ, ਅਤੇ ਫੁੱਲ ਬਾਜੂ ਵਾਲੀ ਸ਼ਰਟ ਸੀਗੀ, ਚੇਂਜ ਕਰਕੇ ਹੁਣ ਲਾਈਟ ਵੇਟ ਪਾਈ ਆ, ਗਰਮੀ ਬਹੁਤ ਆ ਰਹੀ ਆ ਹੁਣ। ਮਾਨਪ੍ਰੀਤ ਦਾ ਵੀ ਦਮ ਚੜਿਆ ਪਿਆ ਪੂਰਾ, ਪੈਰ ਸਲਿੱਪ ਹੋ ਗਿਆ ਸੀ, ਪਿੱਛੇ ਬਚ ਗਿਆ। ਡੈਡੀ ਜਾਂਦੇ ਆ ਉਹ ਅੱਗੇ, ਉਹ ਵੇਖੋ ਉਹ ਜਾ ਰਹੇ, ਅੱਜ ਦਾ ਜਿਹੜਾ ਸਾਡਾ ਪਲੈਨ ਹੈਗਾ ਵੀ ਜਿਵੇਂ ਹੁਣ ਮੰਮੀ ਨੇ ਤਾਂ ਪਹਿਲਾਂ ਪਹੁੰਚ ਹੀ ਜਾਣਾ, ਅਤੇ ਅਸੀਂ ਵੀ ਟਾਈਮ ਸਿਰ ਪਹੁੰਚ ਹੀ ਜਾਣਾ, 12 ਵਜੇ ਤੱਕ ਤਾਂ ਪਹੁੰਚ ਹੀ ਜਾਣਾ 100%, 11 ਵਜੇ ਤੱਕ ਤਾਂ ਪਹੁੰਚ ਹੀ ਜਾਣਾ 100%, ਅਤੇ ਫਿਰ ਵੀ ਅੱਗੇ ਨਗਰਾਸੂ ਰੁਕਣ ਦਾ ਪਲੈਨ ਆ ਸਾਡਾ, ਵੀ ਗੋਬਿੰਦ ਘਾਟ ਨਹੀਂ ਰੁਕਣਾ, ਕਿਉਂਕਿ ਉਹਦੇ ਨਾਲ ਸਾਡੀ ਇੱਕ ਰਾਤ ਵੀ ਬਚ ਜਾਊਗੀ, ਅਤੇ ਕਿਉਂਕਿ ਨਗਰਾਸੂ ਇੱਥੋਂ 4 ਘੰਟਿਆਂ ਦੀ ਡਰਾਈਵ ਹੈ, ਅਤੇ ਜੇ ਅਸੀਂ 12 ਵਜੇ ਵੀ ਚੱਲਦੇ ਹਾਂ ਜਾਂ 1 ਵਜੇ ਵੀ ਚੱਲਦੇ ਹਾਂ ਤਾਂ ਵੀ 5 ਵਜੇ ਪਹੁੰਚ ਜਾਣਾ ਅਸੀਂ ਨਗਰਾਸੂ, ਅਤੇ ਫਿਰ ਉੱਥੇ ਸਟੇ ਕਰਕੇ, ਅਤੇ ਫਿਰ ਕੱਲ੍ਹ ਨੂੰ ਉੱਥੋਂ ਸਿੱਧਾ ਪਿੰਡ ਪੌਂਟਾ ਸਾਹਿਬ ਹੁੰਦੇ ਹੋਏ, ਰਿਸ਼ੀਕੇਸ਼ ਪੌਂਟਾ ਸਾਹਿਬ ਹੁੰਦੇ ਹੋਏ। ਅਤੇ ਬਾਕੀ ਜੇ ਕੋਈ ਫੇਰ ਬਦਲ ਹੋਇਆ ਪਲੈਨ 'ਚ ਉਹ ਪਤਾ ਨਹੀਂ, ਹੋ ਸਕਦਾ ਬਾਕੀ ਉਹ ਕੱਲ੍ਹ ਨੂੰ ਪਤਾ ਚੱਲੂਗਾ ਬਾਬਾ ਜੀ ਕਿਵੇਂ ਕਰਦੇ ਆ। ਆ ਗਿਆ ਜੀ ਉਹੀ ਪੁਲ ਜਿਹੜਾ ਤੁਹਾਨੂੰ ਮੈਂ ਚੜ੍ਹਾਈ ਚੜ੍ਹਨ ਵੇਲੇ ਵੀ ਦਿਖਾਇਆ ਸੀਗਾ,
करीब सवा कु घंटे च आ गए हैं, जिहड़ा इत्थों सानू करीब 3 घंटे लग गए सीगे उपर जाण नूं, मतलब ऐ नाल भी अद्धो अद्धा टाइम का फर्क पै गया। आनंद बहुत आ रहा है, गर्मी आ रही है पूरी। आवाज़ थोनों सुनी रही होनी है बिच पानी के चलन की। डैडी बैठे वेट कर रहे अपनी। आ गया जी कोल, इतों दो रस्ते जाते सीगे उतों जिते मैं वीडियो शुरू करी सी ये वाली कोल वाली, उतों एक रास्ता थले जाता सीगा, मैं तो होना भुल गया, तो इधर भी होके जाता थलों की एक रास्ता ये वाला जी। तो ये हौली हौली पता चलिया कि घोड़े वाला का जोड़ा कम्यूनीकेशन है वह सिटिया नाल हुंदा। वो जोड़ा पुल दिखा रहे थे आप, सॉरी सैकेंड रास्ता, तो वो छोटे पुल में जाता जो पुराना पुल हुंदा सीगा, इहदे विच देख रहा होगा तुहानू आ रहे बचाले जे सेंटर दे विच, ते वो पुराना पुल हुंदा सीगा, ये नवा बनाया हैगा। संगत आ रही ने, ये तो है मौसम बहुत सोहना होया हो, चार किलोमीटर 5 किलोमीटर आ गए जी असी, तो 5 रह गया, तो जेड़े ढाबे ते जाण वेले परौंठे खाते सीगे उस ढाबे ते फिर हुण असी दुबारा फिर खा लिया, क्योंकि एनर्जी जी लो हो रही सी, सोचा बूस्टअप किया जाए, डैडी खा के अगे चल गए, आपां जा रहे हुण हौली हौली पिछे। तो जिहड़ी मैं तुहानूं उदों हैलीकॉप्टर वाली पिछले मतलब 2 ब्लॉक छड के, हाँ परसों वाले ब्लॉक च मैं कहा सीगा वी हैलीकॉप्टर बंद ने, वो सानू गलत इनफॉर्मेशन दी सी किसी ने, असल वो बंद नहीं सी, वो रिपेयर लई गया हुआ सीगा 2 दिन लई, ते अज दोबारा फिर वो सर्विस च है, ते काफ़ी उड़ाना असी देख चुके हैं ऑलरेडी, ते पता करे सी रेट का, रेट हैगा इहदा जी 2900 रुपए, 3000 रुपए रेट आ उहदा, ते उस तो बाद मतलब 3500 भी हैगा, वो डिपेंड करता भी तुहाडे वेट ते, जे तुहाडा वेट 80 किलो तो ज़्यादा तो 3500 आ, पर जे 80 किलो तो घट आ तो 3000 रेट आ, जो मैं लगता भी एक जायज़ रेट आ, क्योंकि घोड़िया वाले भी 1500-2000 रुपया लेंदे ही आ, सो जे कोई ज़्यादा ही बजुर्ग ने जिन्हां ने दर्शन करने हैं या फिर जिन्हां नूं कोई प्रॉब्लम है नहीं तुर सकते, उन्होंने तो बहुत वधिया ऑप्शन है सुबह जाके गोबिंद धाम उतों खच्चर करा के तुसी मत्था टेक के, भावें दूजे दिन पहले उस दिन भी वापस आ सकते हो,
ਰਸਤਾ ਹੁਣ ਚੱਲ ਗਿਆ। ਕਿਉਂਕਿ ਜਿਹੜੀ ਫਲਾਈਟ ਹੈਗੀ ਆ ਉਹ ਹਾਰਡਲੀ 15 ਕੁ ਮਿੰਟ ਦੀ ਆ, ਅਤੇ ਉਹ ਤੋਂ ਬਾਅਦ ਅੱਧਾ ਘੰਟਾ ਹੋਣੀ ਆ ਵੱਧ ਤੋਂ ਵੱਧ। ਉਹ ਤੋਂ ਬਾਅਦ ਤੁਸੀਂ ਉੱਥੋਂ ਗੋਬਿੰਦ ਧਾਮ ਤੋਂ ਖੱਚਰ ਵੀ ਕਰਾਇਆ ਜਾ ਸਕਦਾ, ਅਤੇ ਸੁਬਹਾ ਉੱਥੇ ਮੱਥਾ ਟੇਕ ਕੇ ਵਾਪਸ ਕੀਤੀ ਜਾ ਸਕਦੀ ਹੈ। ਚੜ੍ਹਾਈ ਆ ਰਹੀ ਸੀ ਥੋੜ੍ਹੀ ਜਿਹੀ, ਤਾਂ ਦਮ ਥੋੜ੍ਹਾ ਚੜ੍ਹ ਰਿਹਾ ਸੀਗਾ, ਬੋਲਣ 'ਚ ਪ੍ਰੋਬਲਮ ਆ ਰਹੀ ਹੈ ਕਿਉਂਕਿ ਫਿਰ ਨੱਕ ਨਾਲ ਸਾਹ ਲੈਣਾ ਜ਼ਰੂਰੀ ਹੁੰਦਾ ਅਤੇ ਬੋਲਦਿਆਂ ਦਾ ਮੂੰਹ ਖੁੱਲ੍ਹਦਾ ਫਿਰ। ਹੈਲੀਕਾਪਟਰ ਦੀ ਆਵਾਜ਼ ਸੁਣਾਈ ਦੇ ਰਹੀ ਆ, ਆ ਰਿਹਾ ਹੁਣ ਗੋਬਿੰਦ ਘਾਟ ਤੋਂ, ਦੇਖਦੇ ਹਾਂ ਜੀ ਕੈਪਚਰ ਹੁੰਦਾ। ਆ ਹੈਗਾ ਰਸਤਾ ਜੀ, ਕਿਉਂਕਿ ਘਾਟੀਆਂ ਦੇ ਵਿੱਚ ਦਿਖ ਹੀ ਜਾਂਦਾ ਹੁੰਦਾ ਉਹ, ਜੇ ਤੁਹਾਨੂੰ ਦਿਖਾਈ ਦੇ ਰਿਹਾ ਹੋਣਾ ਮੈਨੂੰ ਪਤਾ ਨਹੀਂ ਆ। ਅਤੇ ਤੁਹਾਡੀ ਇਨਫੋਰਮੇਸ਼ਨ ਲਈ ਮੈਂ ਦੱਸ ਦੇਵਾਂ, ਇਹ ਘਾਟੀਆਂ ਵਿੱਚ ਦੀ ਤਾਂ ਜਾਣਾ ਹੁੰਦਾ ਇਹਨੇ, ਨੋਰਮਲੀ ਕਈਆਂ ਦਾ ਕੁਐਸਚਨ ਹੋ ਸਕਦਾ ਕਿ ਹੋਰ ਰਸਤੇ ਕਿਉਂ ਨਹੀਂ ਜਾਂਦਾ। ਹਵੇ ਘਾਟੀ ਦੇ ਵਿਚਕਾਰ ਜਿਹੜੀ ਥਾਂ ਹੁੰਦੀ ਆ ਇਹਨੂੰ ਮਿਨੀਮਮ 1000 ਫੁੱਟ ਦਾ ਚਾਹੀਦਾ ਹੁੰਦਾ ਡਿਸਟੈਂਸ ਕਿਸੇ ਵੀ ਮਤਲਬ ਓਬਜੈਕਟ ਤੋਂ ਵੀ, ਜਿਹੜੀ ਨੇੜੇ ਤੇੜੇ ਵੀ ਨਾ ਹੋਵੇ, ਤਾਂ ਕਰਕੇ ਇਹਨੂੰ ਪੂਰਾ ਏਅਰ ਪ੍ਰੈਸ਼ਰ ਚੰਗੀ ਤਰ੍ਹਾਂ ਮਿਲ ਜਾਂਦਾ ਨੀਚੋਂ ਲਿਫਟ ਕਰਨ ਦਾ। ਆ ਬਾਬਾ ਜੀ ਦੇਖੋ ਕਿੰਨੀ ਉਮਰ ਦੇ ਹੋਣਗੇ, ਬਹੁਤ ਵੱਡੀ ਵੱਡੀ ਉਮਰ ਦੇ ਬਜ਼ੁਰਗ ਪੈਦਲ ਜਾਂਦੇ ਆ ਅਤੇ ਨੌਜਵਾਨ ਖੱਚਰਾਂ 'ਤੇ ਚੜ੍ਹਦੇ ਆ। ਤੁਸੀਂ ਵੀ ਦੇਖੀ ਹੋਣਗੇ ਅਤੇ ਜੋ ਤੁਸੀਂ ਆਏ ਹੋਵੋਗੇ ਕਦੇ। ਸੋਚਿਆ ਥੋੜ੍ਹਾ ਦਮ ਲਿਆ ਜਾਵੇ ਜੀ, ਬਹੁਤ ਥਕਾਨ ਹੋ ਗਈ ਆ ਅਤੇ ਪਾਣੀ ਪੂਣੀ ਪੀਂਦੇ ਹਾਂ। ਰਹਿ ਗਿਆ 3 ਕਿਲੋਮੀਟਰ ਰਹਿ ਗਿਆ, ਖਿੱਚਦੇ ਹਾਂ ਬਾਬਾ ਜੀ ਦਾ ਨਾਂ ਲੈ ਕੇ, ਹੈਲੀਕਾਪਟਰ ਦੁਬਾਰਾ ਫਿਰ ਚੱਲਿਆ। ਬਸ ਪਹੁੰਚ ਗਏ ਜੀ, ਪਹੁੰਚ ਗਏ, ਬਸ ਪਹੁੰਚ ਗਏ, ਪਹੁੰਚ ਗਏ, ਥੋੜ੍ਹਾ ਹੀ ਰਹਿ ਗਿਆ। ਬਹੁਤ ਹੌਲੀ ਆ ਰਹੇ ਨੇ ਨਾ ਫਿਰ, ਜੇ 4:30 ਚੱਲੇ ਆ ਉੱਪਰੋਂ, ਉੱਪਰੋਂ ਥੱਲੇ ਉਹ ਇੱਥੋਂ ਚੱਲੇ ਹੋਣਗੇ। ਓਕੇ ਓਕੇ ਠੀਕ ਹੈ ਠੀਕ ਹੈ। ਹਾਂ ਆਪਾਂ ਤਾਂ ਫਿਰ ਬਹੁਤ ਠੀਕ ਆਂਗੇ। ਹੈਰਾਨੀ ਦੀ ਗੱਲ ਤਾਂ ਇਹ ਹੁੰਦੀ ਆ ਵੀ ਯਾਰ ਇੰਨੇ ਨੌਜਵਾਨ ਮੁੰਡੇ ਖੱਚਰਾਂ 'ਤੇ ਚੜ੍ਹਦੇ ਆ, ਬਸ ਸਭ ਤੋਂ ਵੱਡੀ ਹੈਰਾਨੀ ਦੀ ਗੱਲ ਇਹ ਹੈ ਵੀ ਹਿੰਮਤ ਹੀ ਨਹੀਂ ਕਰਦੇ ਵੀ ਕੋਸ਼ਿਸ਼ ਤਾਂ ਕਰ ਲਈ ਐਟਲੀਸਟ, ਕਿਉਂਕਿ ਇਹ ਤਾਂ ਫਸਟ ਲੈ ਗਿਆ ਹਲੇ ਜਿਹੜੀ ਆਪਾਂ ਉੱਤਰ ਰਹੇ ਹਾਂ। ਚਲੋ ਉੱਪਰ ਵਾਲੀ ਆਪਾਂ ਮੰਨ ਲਈਏ ਵੀ ਬੰਦਾ ਇੱਥੋਂ ਚੜ੍ਹ ਕੇ ਗਿਆ ਅਤੇ ਨਹੀਂ ਅੱਗੇ ਹਿੰਮਤ ਹੋਈ ਬੰਦੇ ਨੂੰ ਤਾਂ ਅੱਗੇ ਖੱਚਰ ਕਰਾ ਲਿਆ ਜਾਂ ਘੋੜਾ ਕਰਾ ਲਿਆ, ਨਹੀਂ ਤਾਂ ਔਖਾ ਬਾਈ।
चलो जी पहुंच के कर दें फिर, टाइम देखिए पहला कितना हो गया, 9:50 आप चले सी 6:35 से 3.25 घंटे हो चुके अपन, लगता भी अद्धे घंटे च होर पहुँच जावे, इन्ना की रास्ता रहा हूँ तो अगे कोई बाला नहीं पे साडा, पर वो तो अगे चलते आप करावे उ वैन जी अगे लैके जाती है 3 किलोमीटर, तो फिर चलते हैं अगे न 4 किलोमीटर। पापा जी पहुँच गए जितों गड्डिया मिलदियाँ, उदो मैं थोनों दसिया भी 9:50 होए सीगे, 9:56 ने, मतलब सानू आइडिया नहीं सी, 6 मिनट च ही आ गए सी इत्थे, ते कुछ इदां दियां गड्डियां चलदियाँ, ये तुसी लै भी सकते हो जे नहीं लैनी तो थोड़ी मर्जी आ, पर आपां तां लवांगे। तो इत्थे प्राइवेट गड्डियां नहीं आउंदियां, सिर्फ यही चलदियां ने, असीं पता करिया सी भी जे प्राइवेट लैके आ सकते हैं, पर कहिंदे नहीं प्राइवेट नहीं आउंदियां इत्थे, जस्ट यही आउंदियां ने, क्योंकि नहीं तो भीड़ बहुत हो जानी है इत्थे, कित्थे कित्थे पार्किंग होगी। चलो जी हुण चलदे आं आपां अगे, आपां जी चल पए अगे, ते रेल दे विच बह चुके आ हैगा रस्ता, उधर हेलीपैड रह गया जी, पेट्रोल पूल घट दे कर पहुंच गए जी गोविंद धाम,
ਅਤੇ ਸੋਚਿਆ ਪਹਿਲਾਂ ਸਮਾਨ ਸੱਪਾ ਰੱਖ ਦਈਏ ਗੱਡੀ ਦੇ ਵਿੱਚ ਕਿਉਂਕਿ ਪਾਰਕਿੰਗ ਦੇ ਲਾਗੇ ਸੀਗਾ, ਅਤੇ ਫਿਰ ਉਹ ਤੋਂ ਬਾਅਦ ਜਾਵਾਂਗੇ ਦਰਬਾਰ ਸਾਹਿਬ ਮੱਥਾ ਟੇਕਾਂਗੇ ਅਤੇ ਇੱਥੋਂ ਗਠੜੀ ਘਰ 'ਚੋਂ ਦੂਜਾ ਸਮਾਨ ਚੱਕਾਂਗੇ ਅਤੇ ਫਿਰ ਰੱਖਾਂਗੇ ਆਪਾਂ ਉਹ ਵੀ। ਹਾਏ ਹਾਏ ਸੂਟੀਆਂ ਡਿੱਗ ਪਈਆਂ। ਅਤੇ ਡੈਡੀ ਨੂੰ ਭੇਜਤਾ ਮੰਮੀ ਨੂੰ ਲੱਭਣ ਵਾਸਤੇ, ਦਰਬਾਰ ਸਾਹਿਬ 'ਚ ਬੈਠੇ ਹੋਣਗੇ ਉਹ, ਪਹਿਲਾਂ ਪਹੁੰਚ ਗਏ ਸੀਗੇ। ਅਤੇ ਆਪਾਂ ਰੱਖ ਕੇ ਸਮਾਨ ਫਿਰ ਚੱਲਦੇ ਹਾਂ ਆਪਾਂ ਅੱਗੇ। ਗੱਡੀ ਆਪਣੀ ਖੜੀ ਹੈ ਇੱਧਰ, ਆ ਖੜੀ ਆਪਣੀ ਗੱਡੀ, ਬੜੀ ਗੰਦੀ ਹੋਈ ਆ। ਚਲੋ ਕੋਈ ਨਹੀਂ, ਚਲੋ ਜੀ ਚਾਲੇ ਪਾ ਲਏ ਆਪਾਂ ਗੱਡੀ ਵੱਲ ਨੂੰ। ਹੁਣ ਮੱਥਾ ਟੇਕ ਲਿਆ, ਪ੍ਰਸ਼ਾਦਾ ਪਾਣੀ ਛਕ ਲਿਆ ਅਤੇ ਗੱਡੀ ਘਰ 'ਚੋਂ ਆਪਾਂ ਸਮਾਨ ਲੈ ਲਿਆ, ਜਾ ਰਹੇ ਆਪਾਂ ਜੀ ਗੱਡੀ ਵੱਲ ਨੂੰ। ਟਾਈਮ ਹੋ ਗਿਆ 12:15 ਅਤੇ ਜਿਵੇਂ ਪਹਿਲਾਂ ਕਹਿ ਰਹੇ ਸੀਗੇ ਵੀ ਪਲੈਨ ਆਪਣਾ ਹੈਗਾ ਨਗਰਾਸੀ ਰੁਕਣ ਦਾ, ਅਤੇ ਹੁਣ ਸੋਚਦੇ ਹਾਂ ਵੀ ਜੇ ਆਪਾਂ ਰਿਸ਼ੀਕੇਸ਼ ਸਾਹਿਬ ਹੀ ਚਲੇ ਜਾਈਏ ਅੱਗੇ, ਅਤੇ ਬਾਕੀ ਫਿਰ ਉਹੀ ਗੱਲ ਫਿਰ ਹਲੇ ਫਾਈਨਲ ਹਲੇ ਉਹ ਵੀ ਨਹੀਂ, ਰਸਤਾ ਦੇਖਦੇ ਕਿੰਨਾ ਕੁ ਨਿਕਲਦਾ ਉਸ ਹਿਸਾਬ ਨਾਲ ਫਿਰ ਡਿਸਾਈਡ ਕਰਾਂਗੇ। ਮੰਮੀ ਪਹੁੰਚ ਗਈ ਸਾਡੇ ਤੋਂ ਅੱਧਾ ਘੰਟਾ ਪਹਿਲਾਂ, ਅਤੇ ਵਧੀਆ ਚਲੋ ਉਹਨਾਂ ਦਾ ਥੋੜ੍ਹਾ ਰੈਸਟ ਰੁਸਟ ਹੋ ਗਈ ਆ ਕੇ, ਕਿਉਂਕਿ ਖੱਚਰ 'ਤੇ ਵੀ ਔਖਾ ਹੀ ਹੁੰਦਾ, ਕੋਈ ਸੌਖਾ ਡਰਾਈਵਰ ਨਹੀਂ ਹੈਗਾ ਖੱਚਰ ਵਾਲਾ। ਆ ਗਿਆ ਆਪਾਂ ਗੱਡੀ ਵੱਲ, ਸਮਾਨ ਸਮੂਨ ਰੱਖਣਾ ਫਿਰ ਚੱਲਦੇ ਹਾਂ ਆਪਾਂ ਅੱਗੇ। ਸੰਗਤਾਂ ਹੋ ਗਈਆਂ ਜੀ ਤਿਆਰ ਹੁਣ ਵਾਪਸ ਜਾਣ ਨੂੰ, ਤਿਆਰੀਆਂ ਹੋ ਗਈਆਂ ਡਨ ਅਤੇ ਹੁਣ ਨਿਕਲਦੇ ਹਾਂ। ਮੈਪ ਦਿਖਾ ਰਿਹਾ ਨਗਰਾਸੂ ਦਾ, 3:35, ਦੇਖਦੇ ਹਾਂ ਜੇ ਅੱਗੇ ਜਾਣ ਦੀ ਸਲਾਹ ਹੋਈ ਤਾਂ ਉਸ ਹਿਸਾਬ ਨਾਲ ਅਸੀਂ ਜਾਵਾਂਗੇ, ਅਤੇ ਰਸਤੇ 'ਚ ਫਿਰ ਦੇਖਦਾ ਜੇ ਕਿਤੇ ਰੁਕੇ ਤਾਂ ਕੋਈ ਦਿਖਾਉਣ ਵਾਲੀ ਕੋਈ ਜਗ੍ਹਾ ਹੋਈ ਤਾਂ ਉਹ ਵੀ ਦਿਖਾਵਾਂਗੇ। ਵੈਸੇ ਲੱਗਦਾ ਨਹੀਂ ਵੀ ਕਿ ਰਸਤੇ 'ਚ ਅਸੀਂ ਰੁਕਾਂਗੇ ਕਿਤੇ, ਜੇ ਭੁੱਖ ਲੱਗੀ ਤਾਂ ਹੀ ਰੁਕਾਂਗੇ, ਨਹੀਂ ਤਾਂ ਨਹੀਂ ਰੁਕਿਆ ਜਾਣਾ। ਕੁਛ ਕਰਾਂਗੇ ਰਿਸ਼ੀਕੇਸ਼ ਪਹੁੰਚਣ ਦੀ, ਪਹੁੰਚਾਂਗੇ ਤਾਂ ਪਹੁੰਚਾਂਗੇ। 8 ਘੰਟੇ ਲੱਗਦੇ ਇੱਥੋਂ ਰਿਸ਼ੀਕੇਸ਼ ਨੂੰ, ਵੀ ਜੇ ਲਾਈਏ ਤਾਂ 8 ਘੰਟੇ ਵੀ 7:30-8 ਵੱਜ ਜਾਣਗੇ, ਸੋ ਦੇਖਾਂਗੇ ਉਸ ਹਿਸਾਬ ਨਾਲ ਵੀ ਕੀ ਬਣਦਾ। ਚਲੋ ਜੀ ਆਪਾਂ ਕਰਦੇ ਹਾਂ ਅੱਜ ਦੇ ਦਿਨ ਦੀ ਸਮਾਪਤੀ, ਕਿਉਂਕਿ ਨਗਰਾਸੂ ਅਸੀਂ ਰੁਕੇ ਸੀ ਸਸਟ ਫਿਰ ਲੰਗਰ ਪਾਣੀ ਛਕਣ ਲਈ, ਅਤੇ ਪਰ ਸਾਡਾ ਪਲੈਨ ਬਣ ਗਿਆ ਵੀ ਅਸੀਂ ਰਿਸ਼ੀਕੇਸ਼ ਹੀ ਜਾਵਾਂਗੇ, ਸੋ ਮੈਂ ਰਸਤੇ ਵਿੱਚ ਕੋਈ ਵਲੌਗ ਨਹੀਂ ਸ਼ੂਟ ਕੀਤਾ। ਅਤੇ ਸਾਨੂੰ ਇਹ ਸੀ ਵੀ ਜਲਦੀ ਤੋਂ ਜਲਦੀ ਪਹੁੰਚ ਜਾਈਏ, ਅਤੇ ਹੁਣ ਅਸੀਂ ਪਹੁੰਚ ਗਏ ਹਾਂ, 8:00 ਆ, ਇਹੀ ਅੰਦਾਜ਼ਾ ਸੀ ਕਿ 8 ਵਜੇ ਨੂੰ ਪਹੁੰਚ ਜਾਵਾਂਗੇ। ਅਤੇ ਬਾਕੀ ਹੁਣ ਰੂਮ ਵਗੈਰਾ ਲੈਂਦੇ ਹਾਂ, ਫਰੈਸ਼ ਵਗੈਰਾ ਹੁੰਦੇ ਹਾਂ, ਮੂੰਹ ਦੀ ਹਾਲਤ ਬੜੀ ਖਰਾਬ ਹੋਈ ਪਈ ਆ, ਤੁਸੀਂ ਦੇਖ ਹੀ ਸਕਦੇ ਹੋ। ਅਤੇ ਬਾਕੀ ਇੱਥੇ ਦਾ ਗੁਰਦੁਆਰਾ ਸਾਹਿਬ ਮੈਂ ਤੁਹਾਨੂੰ ਪਹਿਲਾਂ ਵਾਲੇ ਵੀ ਵਲੌਗਸ ਦੇ ਵਿੱਚ ਦਿਖਾ ਹੀ ਚੁੱਕਿਆ। ਆਹ ਹੈਗੇ ਆਪਣੇ ਜਿਹੜੇ ਮੇਰੇ ਪਿੱਛੇ ਦਿਖਦਾ ਤੁਹਾਨੂੰ, ਇਹ ਨਿਵਾਸ ਸਥਾਨ ਨੇ, ਇੱਕ ਇਹ ਆ ਅਤੇ ਇੱਧਰ ਵੀ ਨੇ, ਅਤੇ ਇੱਕ ਇੱਧਰ ਵੀ ਨੇ ਪਿੱਛੇ ਉਸ ਸਾਈਡ। ਇਹਨੇ ਬਹੁਤ ਸਾਥ ਦਿੱਤਾ, ਥੋੜ੍ਹੀ ਜਿਹੀ ਪ੍ਰੋਬਲਮ ਹੈਗੀ ਬਟ ਕੋਈ ਗੱਲ ਨਹੀਂ, ਚੱਲਦੀਆਂ ਰਹਿੰਦੀਆਂ ਚੀਜ਼ਾਂ ਇਹਨਾਂ 'ਚ, ਨੋਟ ਟੂ ਵਰੀ। ਚਲੋ ਠੀਕ ਹੈ ਜੀ, ਮਿਲਦੇ ਹਾਂ ਕਿਸੇ ਨਵੇਂ ਟ੍ਰਿਪ ਤੋਂ ਫਿਰ, ਅਤੇ ਅੱਜ ਦੀ ਆਪਣੀ ਸਮਾਪਤੀ ਹੈ ਇੱਥੇ, ਅਤੇ ਕੱਲ੍ਹ ਨੂੰ ਅਸੀਂ ਜਾਵਾਂਗੇ ਪਿੰਡ, ਅਤੇ ਕੱਲ੍ਹ ਦਾ ਮੈਂ ਕੋਈ ਸ਼ੂਟ ਨਹੀਂ ਕਰਨਾ, ਕੱਲ੍ਹ ਦਾ ਡੇ ਰਿਲੈਕਸ ਰੱਖਣਾ। ਚਲੋ ਜੀ ਸਤਿ ਸ਼੍ਰੀ ਅਕਾਲ, ਉਦੋਂ ਤੱਕ ਜੇ ਤੁਸੀਂ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ, ਲਾਈਕ ਅਤੇ ਕਮੈਂਟ ਜ਼ਰੂਰ ਕਰਿਓ, ਅਤੇ ਆਪਣੇ ਫਰੈਂਡਸ 'ਚ ਵੀ ਸ਼ੇਅਰ ਕਰਿਓ। ਓਕੇ ਜੀ, ਸਤਿ ਸ਼੍ਰੀ ਅਕਾਲ, ਧੰਨਵਾਦ।